ਹੈਲੋ एवरीवन ਸ਼ਸ਼੍ਰੀਕਾਰ ਨਮਸਕਾਰ ਤੇ ਅਦਆਬ ਸਾਰਿਆਂ ਨੂੰ ਮੇਰੇ ਚੈਨਲ ਇਸੀ ਕੁੱਕ ਬਲੌਗਸ ਵਿਦ ਫੁਨੀਆ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਮੈਂ ਤੁਹਾਡੇ ਨਾਲ 치즈 ਬੈਜ ਸੈਂਡਵਿਚ ਦੀ ਜਿਹੜੀ ਰੈਸਪੀ ਉਹ ਸ਼ੇਅਰ ਕਰਾਂਗੀ ਇਹ ਰੈਸਪੀ ਬਣਾਉਣ ਲਈ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਬ੍ਰੈਡ ਚਾਹੀਦੀ ਹੈ ਬ੍ਰੈਡ ਤੁਸੀਂ ਕੋਈ ਵੀ ਲੈ ਸਕਦੇ ਹੋ ਤੁਸੀਂ ਬ੍ਰਾਊਨ ਬ੍ਰੈਡ ਲੈ ਸਕਦੇ ਹੋ ਮੈਂ ਇਹ ਵਾਲੇ ਬ੍ਰੈਡ ਲਏ ਇਸ ਦੀ ਜਗ੍ਹਾ ਤੁਸੀਂ ਬ੍ਰਾਊਨ ਬ੍ਰੈਡ ਲੈ ਸਕਦੇ ਹੋ ਜਾਂ ਮਲਟੀ grain ਬ੍ਰੈਡ ਲੈ ਸਕਦੇ ਹੋ ਜਿਹੜਾ ਕਿ ਬਹੁਤ ਹੀ ਹੈਲਦੀ ਹੁੰਦਾ ਹੈ ਤੇ ਉਸ ਤੋਂ ਬਾਅਦ ਆਪਾਂ ਇਹ ਸਬਜ਼ੀਆਂ ਲਵਾਂਗੇ। ਖੁਸ਼ ਮੈਂ ਜਿਹੜਾ ਟਮਾਟਰ ਹੈ ਉਹ ਕੱਟ ਕੇ ਲਿਆ ਹੈ, ਸ਼ਿਮਲਾ ਮਿਰਚ ਲਈ ਹੈ ਤੇ ਪਿਆਜ਼ ਲੈ ਆਏ। ਤੇ ਜਿਹੜਾ ਆਪਾਂ ਸਿੰਪਲ ਪਨੀਰ ਜੀ ਦੀ ਘਰੇ ਆਪਾਂ ਸਬਜ਼ੀ ਬਣਾਉਣੀ ਹੈ ਉਹ ਮੈਂ ਛੋਟੇ-ਛੋਟੇ ਪੀਸੇਸ ਦੇ ਵਿੱਚ ਕੱਟ ਲਿਆ ਤੇ ਇੱਕ ਇਹਦੇ ਲਈ ਚਾਹੀਦਾ ਮੋਜ਼ਰੇਲਾ ਚੀਜ਼ ਤੇ ਇੱਕ ਆਪਾਂ ਇਹਦੇ ਲਈ ਜਿਹੜਾ ਬਟਰ ਹੈ ਉਹ ਲਵਾਂਗੇ। ਹੁਣ ਸਭ ਤੋਂ ਪਹਿਲਾਂ ਆਪਾਂ ਜਿਹੜੇ ਆਪਣੇ ਬ੍ਰੈਡ ਦੇ ਪੀਸੇ ਹਨ ਇਹਨਾਂ ਨੂੰ ਆਪਾਂ ਜਿਹੜਾ ਬਟਰ ਹੈ ਉਹ ਲਗਾਉਣੀ ਹੈ। ਇਹ ਦੇਖੋ ਸਭ ਤੋਂ ਪਹਿਲਾਂ ਜਿਹੜਾ ਆਪਾਂ ਨੇ ਬਰੈਡ ਦੇ ਉੱਤੇ ਵਾਲਾ ਹਿੱਸਾ ਹੈ ਇਹਨੂੰ ਆਪਾਂ ਅੱਛੇ ਤਰੀਕੇ ਦੇ ਨਾਲ ਜਿਹੜਾ ਅ ਚੀਜ਼ ਲਗਾ ਲਾਂਗੇ ਸੌਰੀ ਬਟਰ ਲਗਾ ਲਾਂਗੇ ਇਹ ਸਾਲਟਿਡ ਬਟਰ ਹੈ ਇਹਨੂੰ ਬਹੁਤ ਆਪਾਂ ਅੱਛੇ ਤਰੀਕੇ ਨਾਲ ਸਾਰੇ ਬਰੈਡ ਤੇ ਈਵਨਲੀ ਐਦਾਂ ਫਲਾਗ ਲਾਂਗੇ ਕਿਉਂਕਿ ਆਪਾਂ ਤਵੇ ਤੇ ਇਹ ਨੀ ਚੀਜ਼ ਲਾਵਾਂਗੇ ਆਪਾਂ ਇਹ ਨਾ ਚੀਜ਼ ਜਿਹੜਾ ਇਹਦੇ ਬਰੈਡ ਹੈ ਇਹਦੇ ਉੱਤਲੇ ਹਿੱਸੇ ਤੇ ਤੇ ਥੱਲੇ ਵਾਲੇ ਪੀਸ ਤੇ ਜਿਹੜਾ ਆਪਾਂ ਅੱਛੇ ਤਰੀਕੇ ਨਾਲ ਇਹਨੂੰ ਬਰੈਡ ਦੇ ਉੱਤੇ ਬਟਰ ਨੂੰ ਲਗਾ ਲਾਂਗੇ ਇਹ ਦੇਖੋ ਬਰੈਡ ਦੇ ਉੱਤਲੇ ਹਿੱਸੇ ਤੇ ਆਪਾਂ ਜਿਹੜਾ ਪੂਰੇ ਅੱਛੇ ਤਰੀਕੇ ਨਾਲ ਜਿਹੜਾ ਬਟਰ ਹੈ ਲਗਾ ਲਿਆ ਤੇ ਹੁਣ ਆਪਾਂ ਇਹਨੂੰ ਪੀਸ ਨੂੰ ਸਾਈਡ ਤੇ ਰੱਖ ਲਾਂਗੇ ਤੇ ਹੁਣ ਆਪਾਂ ਇਹ ਵਾਲੇ ਪੀਸ ਦੇ ਉੱਤੇ ਜਿਹੜੀ ਟਮਾਟੋ ਕੈਚਪ ਜਾਂ ਪੀਜ਼ਾ ਕੈਚਪ ਕੋਈ ਵੀ ਤੁਸੀਂ ਲਗਾ ਸਕਦੇ ਹੋ ਆਪਣੀ ਚੁਆਇਸ ਦੇ ਅਨੁਸਾਰ ਮੈਂ ਇਹਦੇ ਤੇ ਜਿਹੜੀ ਟਮਾਟੋ ਕੈਚਪ ਹੈ ਉਹ ਲਗਾਵਾਂਗੀ ਪੀਸ ਤੇ ਅੱਛੇ ਤਰੀਕੇ ਨਾਲ ਬਿਲਕੁਲ ਆਪਾਂ ਚਾਰੇ ਪਾਸੇ ਪੀਸ ਦੇ ਸਪ्रेड ਕਰ ਲਾਂਗੇ ਜੀ ਟਮਾਟੋ ਕੈਚਪ ਇਹ ਦੇਖੋ ਜਿਹੜੀ ਕੈਚਪ ਹੈ ਆਪਣੀ ਲੱਗ ਗਈ ਹੈ ਤੇ ਹੁਣ ਆਪਾਂ ਇਹਦੇ ਤੇ ਜਿਹੜੇ ਪਿਆਜ਼ ਹੈ ਉਹ ਪਾਵਾਂਗੇ ਤੇ ਹੁਣ ਆਪਾਂ ਇਹਦੇ ਤੇ ਕੁਝ ਜਿਹੜੇ ਆਪਣੇ ਚੀਜ਼ ਐ ਕੱਟਿਆ ਹੋਇਆ ਇਹ ਵਾਲਾ ਇਹ ਪਾ ਦਾਂਗੇ ਤੇ ਹੁਣ ਆਪਾਂ ਦੂਜਾ ਆਪਣਾ ਜਿਹੜਾ ਮੈਜ਼ਰੇਲਾ ਚੀਜ਼ ਹੈਗਾ ਉਹ ਪਾ ਦਾਂਗੇ ਦੋਨੇ ਚੀਜ਼ ਆਪਾਂ ਅੱਛੇ ਤਰੀਕੇ ਨਾਲ ਪਾ ਦੁੱਤੇ ਆ ਇਹਦੇ ਤੇ ਤੇ ਹੁਣ ਆਪਾਂ ਕੈਪਸਿਕਮ ਪਾਵਾਂਗੇ ਸ਼ਿਮਲਾ ਮਿਰਚ ਉੱਤੇ ਅੱਛੇ ਤਰੀਕੇ ਨਾਲ ਪਾ ਦਾਂਗੇ ਤੇ ਹੁਣ ਆਪਾਂ ਥੋੜੇ ਜਿਹੇ ਆਪਣੇ ਟਮਾਟਰ ਦੇ ਪੀਸ ਐ ਉਹ ਵਾਲੇ ਪਾ ਦਾਂਗੇ ਇਸੇ ਤਰ੍ਹਾਂ ਹੁਣ ਆਪਾਂ ਜਿਹੜਾ ਇਹ ਵਾਲਾ ਪੀਸ ਐ ਇਹਨੂੰ ਵੀ ਜਿਹੜਾ ਆਪਾਂ ਉੱਤੇ ਇਹਦੇ ਸਭ ਤੋਂ ਪਹਿਲਾਂ ਜਿਹੜਾ ਬਟਰ ਲਗਾਵਾਂਗੇ ਆਪਣੇ ਦੂਸਰੇ ਪੀਸ ਤੇ ਵੀ ਬਟਰ ਅੱਛੇ ਤਰੀਕੇ ਨਾਲ ਲਗਾ ਲਿਆ ਹੁਣ ਸੇਮ ਪ੍ਰੋਸੈਸ ਇਹਦਾ ਕਰਾਂਗੇ ਇਹਦੇ ਤੇ ਆਪਾਂ ਜਿਹੜਾ ਆਪਣਾ ਟਮਾਟੋ ਕੇਚੱਪ ਲਗਾਵਾਂਗੇ ਤੇ ਉਦਾਂ ਹੀ ਆਪਾਂ ਸਾਰੀਆਂ ਸਬਜ਼ੀਆਂ ਤੇ ਚੀਜ਼ ਤੇ ਮੋਜ਼ਰੇਲਾ ਚੀਜ਼ ਦੋਨੇ ਪਾ ਕੇ ਜਿਦਾ ਇਹ ਵਾਲਾ ਪੀਸ ਤਿਆਰ ਕੀਤਾ ਉਦਾਂ ਹੀ ਆਪਾਂ ਆ ਵਾਲਾ ਪੀਸ ਹੈ ਜਿਹੜਾ ਤਿਆਰ ਕਰ ਲਾਂਗੇ ਇਹ ਦੇਖੋ ਆਪਣੇ ਦੋਨੇ ਜਿਹੜੇ ਪੀਸ ਐ ਤਿਆਰ ਹੋ ਗਏ ਹੁਣ ਆਪਾਂ ਇਹਦੇ ਉੱਤੇ ਥੋੜਾ ਜਿਹਾ ਜਿਹੜਾ ਸੌਲਟ ਐ ਉਹ ਪਾਵਾਂਗੇ ਥੋੜਾ ਜਿਹਾ ਆਪਾਂ ਨਾ ਸੌਲਟ ਇਦਾਂ ਇਹਦੇ ਤੇ ਸਪ੍ਰਿੰਕਲ ਕਰ ਦਾਂਗੇ ਸਾਲਟ ਤੋਂ ਬਾਅਦ ਆਪਾਂ ਥੋੜੀ ਜਿਹੀ ਇਹਦੇ ਉੱਤੇ ਜਿਹੜੀ ਕਾਲੀ ਮਿਰਚ ਹੈ ਉਹ ਇਦਾਂ ਸਪ੍ਰਿੰਕਲ ਕਰ ਦਾਂਗੇ ਤੇ ਹੁਣ ਆਪਾਂ ਥੋੜਾ ਜਿਹਾ ਇਹਦੇ ਤੇ ਔਰਗੈਨੋ ਜਿਹੜਾ ਉਹ ਪਾਵਾਂਗੇ ਔਰਗੈਨੋ ਤੁਸੀਂ ਜਾਂ ਪੀਜ਼ਾ ਸਪਾਈਸਿੰਗ ਕੁਝ ਵੀ ਪਾ ਸਕਦੇ ਹੋ ਅਗਰ ਤੁਸੀਂ ਚਿਲੀ ਫਲੈਕਸ ਪਸੰਦ ਕਰਦੇ ਹੋ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਤੇ ਹੁਣ ਆਪਾਂ ਲਾਸਟ ਵਿੱਚ ਕੀ ਕਰਾਂਗੇ ਜਿਹੜਾ ਇਹ ਆਪਾਂ ਨੇ ਪੀਸ ਦੇ ਨਾਲ ਇਹਨੂੰ ਕਵਰ ਕਰਨਾ ਹੈ ਇਹਦੀ ਜਿਹੜੀ ਇੱਕ ਸਾਈਡ ਹੈ ਇਹਦੇ ਵਿੱਚ ਜੇ ਤਾਂ ਤੁਸੀਂ ਕੋਈ ਕੈਚੱਪ ਪਸੰਦ ਕਰਦੇ ਹੋ ਗ੍ਰੀਨ ਕੈਚੱਪ ਜਾਂ ਕੁਝ ਵੀ ਮਾਸਟਰਡ ਕੁਝ ਵੀ ਤੁਸੀਂ ਲਗਾ ਸਕਦੇ ਹੋ ਮੈਂ ਜਿਹੜਾ ਇਹਦੇ ਤੇ ਮਾਇਓਨੈਸ ਲਗਾਵਾਂਗੀ ਜਾਂ ਤੁਸੀਂ ਵੀ ਜਿਹੜਾ ਮਾਇਓਨੈਸ ਵੈਜ ਮਾਇਓਨੈਸ ਹੈ ਉਹ ਲਗਾ ਸਕਦੇ ਹੋ ਇਹਦੇ ਤੇ ਜਾਂ ਆਪਣੀ ਚੋਇਸ ਅਨਸਾਰ ਕੁਝ ਵੀ ਲਗਾ ਸਕਦੇ ਹੋ ਤੇ ਹੁਣ ਆਪਾਂ ਜਿਹੜਾ ਇਹਦੇ ਵਿੱਚ ਚੰਗੀ ਤਰ੍ਹਾਂ ਇਹਦੇ ਉੱਤੇ ਨਾ ਇਹ ਵਾਲਾ ਵੈਜ ਮਾਇਓਨੈਸ ਜਿਹੜਾ ਆਪਾਂ ਲਗਾ ਲਾਂਗੇ ਇਹ ਦੇਖੋ ਇਹ ਦੀ ਸਾਈਡ ਤੇ ਬਟਰ ਜਿਹੜਾ ਉੱਤੇ ਸਾਈਡ ਆਉਣਾ ਤੇ ਦੂਜੇ ਤੇ ਆਪਾਂ ਨੇ ਜਿਹੜਾ ਵੈਜ ਮਾਇਓਨੈਸ ਉਹ ਲਗਾ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਪੀਸਿਸ ਨੂੰ ਇਹਦੇ ਨਾਲ ਕਵਰ ਕਰਦੇ ਹਾਂ ਤੇ ਹੁਣ ਆਪਾਂ ਚੱਲਦੇ ਹਾਂ ਤਵੇ ਦੀ ਵੱਲ ਇਹ ਦੇਖੋ ਆਪਾਂ ਆਪਣੇ ਜਿਹੜੇ ਪੀਸਿਸ ਐ ਨਾ ਇਹਦੇ ਤੇ ਰੱਖ ਦਿੱਤੇ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਕਵਰ ਕਰ ਦਾਂਗੇ 2 ਮਿੰਟ ਵਾਸਤੇ ਇਦਾਂ ਹੀ ਨਾ ਪੀਸਿਸ ਨੂੰ ਤੇ ਚੈੱਕ ਕਰਾਂਗੇ ਜਦੋਂ ਥੱਲੇ ਵਾਲਾ ਇਹਦਾ ਜਿਹੜਾ ਹਿੱਸਾ ਹੈਗਾ ਉਹ 골ਡਨ ਬ੍ਰਾਊਨ ਹੋ ਗਿਆ ਫਿਰ ਆਪਾਂ ਇਹਨੂੰ ਟਰਨ ਕਰ ਦਾਂਗੇ ਆਪਣੇ ਸੈਂਡਵਿਚ ਨੂੰ ਤੇ ਹੁਣ 2 ਮਿੰਟ ਦੀ ਵੇਟ ਕਰਦੇ ਆਂ ਆਪਾਂ ਹੁਣ ਆਪਾਂ ਇਹ ਕਵਰ ਚੱਕ ਕੇ ਦੇਖਦੇ ਇਹਨਾਂ ਚੈੱਕ ਕਰਦੇ ਆਂ ਆਪਣੇ ਪੀਸਿਸ ਨੂੰ ਹਾਂ ਜਿਹੜਾ ਬਿਲਕੁਲ ਜਿਹੜਾ ਇਹਦਾ ਹੇਠਲਾ ਹਿੱਸਾ ਹੈ ਬਿਲਕੁਲ ਬਹੁਤ ਅੱਛੇ ਤਰੀਕੇ ਨਾਲ ਜਿਹੜਾ ਸਿੱਕ ਗਿਆ ਰੋਸਟ ਹੋ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਆਪਣੇ ਬ੍ਰੈਡ ਨੂੰ ਸੈਂਡਵਿਚ ਨੂੰ ਟਰਨ ਕਰ ਲੰਨੇ ਆ ਇਹਨਾਂ ਦਾ ਇਸੇ ਤਰ੍ਹਾਂ ਜਿਹੜਾ ਉੱਤੇ ਵਾਲਾ ਹਿੱਸਾ ਹੈ ਉਹਨੂੰ ਵੀ ਆਪਾਂ 골ਡਨ ਬ੍ਰਾਊਨ ਕਰਾਂਗੇ ਤੇ ਦੇਖੋ ਇਹ ਆਪਣਾ ਹਿੱਸਾ ਕਿੰਨੇ ਅੱਛੇ ਤਰੀਕੇ ਨਾਲ ਆ ਜਿਹੜਾ 골ਡਨ ਬ੍ਰਾਊਨ ਹੋ ਗਿਆ ਤੇ ਬਹੁਤ ਹੀ ਜਿਹੜਾ ਕਰੰਚੀ ਵੀ ਆਤੋ ਤੇ ਹੁਣ ਆਪਾਂ ਇਹਨੂੰ ਫੇਰ ਕਵਰ ਕਰ ਦਨੇ ਆ ਤਾਂ ਕਿ ਜਿਹੜਾ ਇਹਦਾ ਦੂਜਾ ਹਿੱਸਾ ਹੈ ਉਹ ਵੀ ਇਦਾਂ ਹੀ 골ਡਨ ਬ੍ਰਾਊਨ ਹੋ ਜਾਏ ਤੇ ਅੱਛੇ ਤਰੀਕੇ ਨਾਲ ਪੱਕ ਜਾਏ ਫਿਰ ਆਪਾਂ 2 ਮਿੰਟ ਵੀ ਨਹੀਂ ਲੱਗੇ 2 ਮਿੰਟ ਤੋਂ ਵੀ ਘੱਟ ਦਾ ਹੀ ਟਾਈਮ ਲੱਗੇ ਤੇ ਆਪਾਂ ਮਿੰਟ ਕੁਵਾ ਦੇ ਨੂੰ ਫਿਰ ਚੈੱਕ ਕਰਦੇ ਹਾਂ ਹੁਣ ਆਪਾਂ ਆਪਣਾ ਜਿਹੜਾ ਸੈਂਡਵਿਚ ਹੈ ਇਹ ਚੈੱਕ ਕਰਦੇ ਹਾਂ ਕਿ ਇਹਦੀ ਜਿਹੜੀ ਦੂਜੀ ਸਾਈਡ ਹੈ ਉਹ ਵੀ ਇਦਾਂ ਹੀ 골ਡਨ ਬ੍ਰਾਊਨ ਹੋ ਗਈ ਹੈ ਇਹ ਦੇਖੋ ਬਿਲਕੁਲ ਬਹੁਤ ਅੱਛੇ ਤਰੀਕੇ ਨਾਲ ਇਹ ਵੀ ਹੋ ਗਈ ਤੇ ਹੁਣ ਆਪਾਂ ਗੈਸ ਬੰਦ ਕਰਦੇ ਹਾਂ ਤੇ ਆਪਣੇ ਸੈਂਡਵਿਚ ਆਪਾਂ ਇੱਕ ਪਲੇਟ ਦੇ ਵਿੱਚ ਕੱਟਦੇ ਹਾਂ ਇਹ ਦੇਖੋ ਆਪਣੇ ਜਿਹੜੇ ਸੈਂਡਵਿਚ ਹੈ ਚੀਜ਼ ਸੈਂਡਵਿਚ ਚੀਜ਼ ਬੈਂਡ ਵੈਜ ਸੈਂਡਵਿਚ ਵੜ ਕੇ ਬਿਲਕੁਲ ਤਿਆਰ ਹੈ ਹੁਣ ਆਪਾਂ ਇਹਨਾਂ ਦੀ ਜਿਹੜੀ ਕਟਿੰਗ ਹੈ ਉਹ ਕਰਦੇ ਆਂ ਇਹ ਦੇਖੋ ਆਪਣੇ ਸੈਂਡਵਿਚ ਕਿੰਨੇ ਅੱਛੇ ਜਿਹੜੇ ਬਣ ਕੇ ਤਿਆਰ ਹੋਏ ਆਂ ਕਿੰਨਾ ਅੱਛਾ ਜਿਹੜਾ ਚੀਜ਼ ਹੈ ਇਹਦੇ ਵਿੱਚ ਮੈਲਟ ਹੋ ਗਿਆ ਬਿਲਕੁਲ ਪੀਜ਼ੇ ਦੀ ਤਰ੍ਹਾਂ ਤੇ ਸੈਂਡਵਿਚ ਤੁਸੀਂ ਬ੍ਰੇਕਫਾਸਟ ਤੇ ਟੀ ਟਾਈਮ ਸਨੈਕਸ ਜਿਹੜੇ ਈਵਨਿੰਗ ਦੇ ਵਿੱਚ ਆਪਾਂ ਲੈ ਸਕਦੇ ਆਂ ਬਹੁਤ ਅੱਛਾ ਹੈ ਜਿਹੜਾ ਇਹਨਾਂ ਦਾ ਟੇਸਟ ਆਏਗਾ ਬਹੁਤ ਬੱਚੇ ਵੀ ਪਸੰਦ ਕਰਨਗੇ ਜ਼ਰੂਰ ਤੁਸੀਂ ਬਣਾ ਕੇ ਦੇਖਿਓ ਮੇਰੀ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਇਹਨੂੰ ਲਾਈਕ ਤੇ ਸ਼ੇਅਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਰੇ ਜਣੇ ਖੁਸ਼ ਰਹੋ ਤੇ ਹਮੇਸ਼ਾ ਹੱਸਦੇ ਵਸਦੇ ਰਹੋ